ਸਤਿ ਸ਼੍ਰੀ ਅਕਾਲ। ਨਮਸਕਾਰ ਜੀ, ਪਰਮਜੀਤ ਸਿੰਘ ਖੋਸਲਾ ਹਾਜ਼ਰ ਹੈ। ਮੈਂ ਗੱਲ ਕਰਨ ਲੱਗਾ ਸੀ ਕਿ ਅੱਜ ਕੱਲ੍ਹ ਜਿਹੜਾ ਰਿਵਾਜ਼ ਜਿਹਾ ਪੈ ਗਿਆ, ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮਿਨਿਸਟਰ ਬਣੇ ਨੇ, ਜਿੰਨੇ ਵੀ ਨਵੇਂ ਅਹੁਦਿਆਂ 'ਤੇ ਬੈਠੇ ਨੇ, ਉਹਨਾਂ ਨੇ ਇੱਕ ਸਿਲਸਿਲਾ ਜਿਹਾ ਸ਼ੁਰੂ ਕੀਤਾ ਹੋਇਆ ਸਕੂਲਾਂ ਵਿੱਚ ਜਾ ਕੇ, ਦਫ਼ਤਰਾਂ ਵਿੱਚ ਜਾ ਕੇ ਇੰਸਪੈਕਸ਼ਨ ਕਰਨ ਦਾ, ਇਨਕੁਆਇਰੀ ਕਰਨ ਦਾ। ਚਲੋ, ਚੰਗੀ ਗੱਲ ਹੈ, ਕਰਨਾ ਚਾਹੀਦਾ। ਪਰ ਜਿੱਥੇ ਇਨਕੁਆਇਰੀ ਕਰਨ ਜਾਂਦੇ ਨੇ, ਉੱਥੇ ਆਪਣੀ ਅਫਸਰੀ ਦਾ ਰੋਹਬ ਇੰਨਾ ਕੁ ਝਾੜਦੇ ਨੇ, ਇੰਨਾ ਕੁ ਝਾੜਦੇ ਨੇ ਕਿ ਜਿਹਦੇ ਕੋਲ ਜਾਂਦੇ ਨੇ, ਬੇਸ਼ੱਕ ਉਹ ਟੀਚਰ ਹੋਵੇ, ਕੋਈ ਆਫਿਸਰ ਹੋਵੇ, ਕੋਈ ਡਾਕਟਰ ਹੋਵੇ, ਉਹਦੀ ਇੰਨੀ ਕੁ ਲਾਹ ਪਾਹ ਕਰ ਦਿੰਦੇ ਨੇ ਕੋਈ ਆਪਣੇ ਮੁਆਸ਼ਰੇ 'ਚ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਪਿਛਲੇ ਦਿਨ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ, ਉਹਦੇ ਮੀਮ ਵੀ ਬੜੇ ਬਣੇ, ਜਿਹੜਾ ਧਾਲੀਵਾਲ ਸਾਹਿਬ ਗਏ ਨੇ ਇੱਕ ਸਕੂਲ ਦੇ ਵਿੱਚ, ਔਰ ਸਕੂਲਾਂ ਵਿੱਚ ਜਿਹੜਾ ਫੂਡ ਬੱਚਿਆਂ ਲਈ ਬਣਦਾ ਉਹਦੀ ਗੱਲ ਕਰ ਰਹੇ ਨੇ। ਤੁਸੀਂ ਦੇਖੀ ਹੋਏਗੀ ਵੀਡੀਓ, ਕੜਛੀ ਚੱਕ ਕੇ ਲੱਗੇ ਹੋਏ ਨੇ, ਇਹ 'ਚ ਗੰਢਾ ਹੀ ਇਕੱਲਾ, ਗੰਢਾ ਹੀ ਇਕੱਲਾ, ਇਹ 'ਚ ਲਸਣ ਹੈ ਨਹੀਂ, ਘਿਓ ਹੈ ਨਹੀਂ, ਅਦਰਕ ਹੈ ਨਹੀਂ, ਇਹ ਹੈ ਨਹੀਂ, ਉਹ ਹੈ ਨਹੀਂ। ਪਹਿਲੀ ਤਾਂ ਗੱਲ ਹੈ ਵੀ ਜਦੋਂ ਬਣੀ ਹੋਈ ਸਬਜ਼ੀ ਦਾਲ ਆ, ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਕਿੱਥੋਂ ਲੱਭੋਗੇ? ਦੂਸਰੀ ਗੱਲ, ਜਿਹੜੀ ਸਭ ਤੋਂ ਮੇਨ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਕਦੇ ਇਹਨਾਂ ਨੇ ਪੁੱਛਿਆ ਵੀ ਆ, ਉਹਦੀ ਜਗ੍ਹਾ ਉਹ ਕੁੜੀ ਕਿੰਨੀ ਸ਼ਰਮਿੰਦੀ ਹੋਈ ਪਈ, ਉਹਨੂੰ ਝਾੜੀ ਜਾ ਰਿਹਾ, ਉਹਨੂੰ ਵਿਚਾਰ ਨੂੰ ਗੱਲ ਨਹੀਂ ਅੱਗੇ ਆਉਂਦੀ। ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਤੁਸੀਂ ਜਦੋਂ ਝਾੜਦੇ ਹੋ, ਇਹਨਾਂ ਨੂੰ ਸਕਰੀਨ 'ਤੇ ਪੂਰਾ ਫਿਰ ਉਹਦਾ ਫੇਸ ਵੀ ਦਿਖਾਉਂਦੇ ਹੋ, ਆਪਣੀਆਂ ਟੀਮਾਂ ਕੈਮਰੇ ਸ਼ੈਮਰੇ ਲੈ ਕੇ ਜਾਂਦੇ ਨੇ, ਪਿੱਛੇ ਬਾਹਾਂ ਲਾਈਆਂ ਹੁੰਦੀਆਂ ਬਹੁਤ ਵੱਡੇ ਆਫਿਸਰ ਵਾਂਗੂ, ਅਤੇ ਜਾਂਦੇ ਹੀ ਤਾਵਾ ਬੋਲ ਦਿੰਦੇ ਨੇ, ਔਰ ਨਾਲ ਬੋਡੀਗਾਰਡ ਸਾਰਾ ਕੁਝ। ਮਤਲਬ ਪਹਿਲਾਂ ਤੁਸੀਂ ਵੈਸੇ ਹੀ ਅਗਲੇ ਨੂੰ ਪਜ਼ਲ ਕਰ ਦਿੰਦੇ ਹੋ, ਅੰਦਰ ਜਾਂਦੇ ਨੇ। ਔਰ ਦੂਸਰੀ ਗੱਲ ਕਿ ਤੁਸੀਂ ਇਹ ਕਿਉਂ ਨਹੀਂ ਪੁੱਛਦੇ, ਇੱਕ ਵਾਰੀ ਵੀ ਇਹ ਪੁੱਛਿਆ ਵੀ ਜਿਹੜੀਆਂ ਚੀਜ਼ਾਂ ਮੈਂ ਕਹਿ ਰਿਹਾ ਹੈ ਨਹੀਂ ਗੀਆਂ ਦਾਲ ਸਬਜ਼ੀ ਵਿੱਚ, ਕਿ ਉਹ ਕਦੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਪ੍ਰੋਵਾਈਡ ਹੁੰਦੀਆਂ ਨੇ, ਦਿੰਦਾ ਹੈ ਕੋਈ ਜਾਂ ਨਹੀਂ ਦਿੰਦਾ ਤੁਹਾਨੂੰ, ਕਿ ਸਰਕਾਰਾਂ ਇਹ ਪ੍ਰੋਵਾਈਡ ਕਰਦੀਆਂ ਵੀ ਹੈ ਕਿ ਨਹੀਂ, ਕਦੇ ਇਹ ਵੀ ਪੁੱਛਿਆ ਕਰੋ। ਤੁਸੀਂ ਆਪਣਾ ਰੋਹਬ ਪਾਉਣ ਲੱਗ ਪੈਂਦੇ ਹੋ ਜਾ ਕੇ, ਪਰ ਇਹ ਵੀ ਪੁੱਛਿਆ ਕਰੋ ਵੀ ਆ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਵੀ ਹੁੰਦੀਆਂ ਜਾਂ ਨਹੀਂ ਹੁੰਦੀਆਂ। ਤੁਹਾਡੇ ਸਕੂਲ ਦੇ ਵਿੱਚ ਲਸਣ, ਅਦਰਕ, ਪਿਆਜ਼, ਘਿਓ, ਆਟਾ ਹੈਗਾ ਵੀ ਆ ਜਾਂ ਨਹੀਂ ਹੈਗਾ? ਨਹੀਂ, ਇਹ ਨਹੀਂ ਪੁੱਛਣਾ। ਬਸ ਜਾ ਕੇ ਅਫਸਰੀ ਦਾ ਜੋ ਰੋਹ ਪਾਉਣਾ, ਤੁਸੀਂ ਤਾਂ ਅਗਲੇ ਨੂੰ ਸ਼ਰਮਿੰਦਾ ਕਰ ਕਰਕੇ ਮਾਰ ਦਿੰਦੇ ਹੋ ਤੁਸੀਂ। ਸੋ ਕੁਛ ਨਾ ਕੁਛ, ਮੈਂ ਜਿਵੇਂ ਕਿਹਾ ਕਿ ਠੀਕ ਹੈ ਤੁਸੀਂ ਜ਼ਰੂਰ ਜਾਓ ਇੰਸਪੈਕਸ਼ਨ ਕਰਨਾ, ਚੰਗੀ ਗੱਲ ਆ, ਪਰ ਤੁਸੀਂ ਪਿਆਰ ਨਾਲ ਬੈਠ ਕੇ ਜੋ ਉਹਦੇ ਨਾਲ ਗੱਲ ਕਰੋ, ਸਮਝਾਓ, ਅਤੇ ਮੇਰਾ ਖਿਆਲ ਹੈ ਕਿ ਉਹ ਡਬਲ ਕੀ ਟ੍ਰਿਪਲ ਅਸਰ ਕਰੇਗੀ। ਉਹ ਹੋਰ ਜ਼ਿਆਦਾ ਕੰਮ ਕਰਨਗੇ ਔਰ ਖੁਸ਼ ਵੀ ਹੋਣਗੇ, ਤੁਹਾਡੇ ਆਓ ਭਗਤ ਵੀ ਕਹਿਣਗੇ। ਪਰ ਜਿਸ ਤਰੀਕੇ ਨਾਲ ਤੁਸੀਂ ਜਾ ਕੇ ਉਹਨਾਂ ਦੀ ਲਾਹ ਪਾਹ ਕਰਦੇ ਹੋ ਕੈਮਰਿਆਂ ਦੇ ਸਾਹਮਣੇ, ਉਹ ਪਹਿਲੀ ਤਾਂ ਗੱਲ ਹੈ ਵੀ ਤੁਹਾਨੂੰ ਦਿਲ 'ਚ ਜਿੰਨੀ ਦੇਰ ਤੁਸੀਂ ਉੱਥੇ ਖੜ੍ਹੇ ਉੱਨੀ ਦੇਰ ਵੀ ਦਿਲ 'ਚ ਗਾਲਾਂ ਹੀ ਕੱਢਦੇ ਹੋਣੇ ਆ, ਤੁਹਾਡੇ ਜਾਣ ਤੋਂ ਬਾਅਦ ਅਤੇ ਸ਼ਰੇਆਮ ਫਿਰ ਗਾਲਾਂ ਕੱਢਦੇ ਹੋਣਗੇ ਜ਼ੁਬਾਨ ਨਾਲ ਵੀ। ਸੋ ਮਾੜਾ ਮੋਟਾ ਅਕਲ ਕਰਿਆ ਕਰੋ ਕਿ ਅਗਲੇ ਦੀ ਵੀ ਇੱਜ਼ਤ ਆ, ਉਹਨਾਂ ਦੇ ਕੋਈ ਅਹੁਦੇ ਆ। ਟੀਚਰ ਤੁਸੀਂ ਇੱਦਾਂ ਜਾ ਕੇ ਬੇਇੱਜ਼ਤੀ ਕਰੋਗੇ, ਟੀਚਰ ਇੱਕ ਕਿੰਨਾ ਰਿਸਪੈਕਟਡ ਉਹ ਜੋਬ ਹੈਗੀ ਆ, ਅਹੁਦਾ ਹੈਗਾ, ਸਰ ਝੁਕਦਾ ਜਦੋਂ ਅਸੀਂ ਟੀਚਰ ਦਾ ਜ਼ਿਕਰ ਕਰਦੇ ਹਾਂ। ਪਰ ਤੁਸੀਂ, ਤੁਹਾਡੀ ਅਫਸਰੀ ਇੱਥੇ ਜਿਹੜੀ ਧੌਣ ਚੜੀ ਹੋਈ ਆ ਨਾ, ਉਹਦੇ ਉਹ ਤੁਹਾਨੂੰ ਗੱਲ ਕਰਨ ਨਹੀਂ ਦਿੰਦੀ ਚੰਗੀ। ਤੁਸੀਂ ਜਾ ਕੇ ਬਸ ਲਾਹ ਪਾਹ ਕਰਨੀ ਆ, ਕੈਮਰੇ ਨਾਲ ਟੀਮਾਂ ਲਾਈਆਂ ਹੋਈਆਂ, ਤੁਹਾਡਾ ਫੇਸ ਆਉਣਾ ਚਾਹੀਦਾ, ਦੈਟਸ ਆਲ। ਸੋ ਰੱਬ ਦਾ ਵਾਸਤਾ ਜਾਓ ਜ਼ਰੂਰ, ਪਰ ਥੋੜ੍ਹੀ ਅਕਲ ਦੇ ਨਾਲ, ਥੋੜ੍ਹੀ ਹਲੀਮੀ ਦੇ ਨਾਲ, ਇੱਕ ਚੰਗੇ ਐਜ਼ ਹਿਊਮਨ ਬੀਇੰਗ ਉੱਥੇ ਜਾ ਕੇ ਗੱਲ ਕਰਿਆ ਕਰੋ। ਰੱਬ ਦਾ ਵਾਸਤਾ, ਸਤਿ ਸ਼੍ਰੀ ਅਕਾਲ।